ਟਾਈਮ ਦੀ ਕਬੱਡੀ ਖੇਡਦਾ 66 ਕਿੱਲੋ ਤੋਂ 55-50 ਕਿੱਲੋ ਤੋਂ ਖੇਡ ਖੇਡਿਆ ਸੀਗਾ। ਉਸ ਤੋਂ ਕੈਨੇਡਾ ਦਾ ਟੂਰ ਲੱਗਾ ਮੇਰਾ, ਉੱਥੇ ਵਧੀਆ ਪ੍ਰਦਰਸ਼ਨ ਰਿਹਾ, ਬਹੁਤ ਸਾਥ ਦਿੱਤਾ ਲੋਕਾਂ ਨੇ ਉੱਥੇ। ਪਹਿਲਾਂ ਮੈਂ ਖੇਡਣੀ ਸ਼ੁਰੂ ਕੀਤੀ ਸੀ, ਮੇਰੇ ਤੋਂ ਮੋਟਰਸਾਈਕਲ ਵੀ ਨਹੀਂ ਹੈਗਾ ਸੀ, ਕਦੇ ਕਿਸੇ ਨਾਲ ਬੈਠ ਕੇ ਜਾਣਾ ਮੈਚ 'ਤੇ, ਕਦੇ ਕਿਸੇ ਨਾਲ, ਕਿ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ ਸਾਰੇ ਪਲੇਅਰਾਂ ਨੂੰ। ਜੇ 1-2 ਪਲੇਅਰ ਵਿੱਚ ਨਸ਼ਾ ਕਰਦੇ ਆ ਤਾਂ ਉਹ ਸਾਰਿਆਂ ਨੂੰ ਕਹਿੰਦੇ ਕਬੱਡੀ ਵਾਲੇ। ਹੁਣ ਜਦੋਂ ਕੈਨੇਡਾ ਅਸੀਂ ਖੇਡੇ ਸੀਗੇ, ਟੋਰਾਂਟੋ ਡਰੋਪ ਟੈਸਟ ਹੋਏ, ਮੇਰੇ ਉੱਥੇ 7 ਵਾਰ ਡਰੋਪ ਟੈਸਟ ਹੋਇਆ ਸੀਗਾ। ਉਸਤਾਦ ਉਹ ਜੰਡ ਕੋਚ ਹੀ ਆ ਉਸਤਾਦ, ਅਤੇ ਰੋਇਲ ਕਿੰਗ ਦੀ ਟੀਮ ਪਿਛਲੇ ਸਾਲ ਫੈਡਰੇਸ਼ਨ ਦੇ ਮੈਚਾਂ 'ਚ ਚੈਂਪੀਅਨ ਟੀਮ ਵੀ ਬਣੀ ਹੈ। ਮਿਹਨਤ ਕਰੋ ਸਾਰੇ ਹੀ ਸ਼ੁਰੂ ਤੋਂ, ਜੇ ਕੋਈ ਸੋਚਦਾ ਕਿ ਮੈਂ ਗਰੀਬ ਹਾਂ ਅਤੇ ਉਹਨੂੰ ਇਹ ਨਹੀਂ ਸੋਚਣਾ ਚਾਹੀਦਾ, ਉਹਨੂੰ ਮਿਹਨਤ ਕਰਨੀ ਚਾਹੀਦੀ ਵੱਧ ਤੋਂ ਵੱਧ। ਸਵਾਗਤ ਹੈ ਤੁਹਾਡਾ ਦਾ ਟੀਵੀ NRI ਦੇ ਸਪੈਸ਼ਲ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ। ਅੱਜ ਅਸੀਂ ਜਿਹੜੀ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ, ਉਹਨਾਂ ਨੇ ਛੋਟੀ ਉਮਰ ਵਿੱਚ ਹੀ ਕਬੱਡੀ ਜਗਤ ਵਿੱਚ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਨੇ। ਸੋ ਅੱਜ ਸਾਡੇ ਨਾਲ ਮੌਜੂਦ ਹਨ ਅਮਨ ਬਿੱਲੀ ਲੱਲੀਆਂ ਤੋਂ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਸਵਾਗਤ ਸਾਡੇ ਸਟੂਡੀਓ ਵਿੱਚ ਆਉਣ ਦਾ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਕਬੱਡੀ ਦੀ ਸ਼ੁਰੂਆਤ ਕਿਵੇਂ ਕੀਤੀ? ਜਿੱਦਾਂ ਕਿ ਮੈਂ ਸ਼ੁਰੂ ਤੋਂ ਹੀ ਛੋਟੇ ਹੁੰਦੇ ਹੀ ਕਬੱਡੀ ਖੇਡਦਾ, 66 ਕਿੱਲੋ ਤੋਂ 55-50 ਕਿੱਲੋ ਤੋਂ ਖੇਡਦਾ ਹਾਂ, ਅਤੇ ਹੌਲੀ ਹੌਲੀ 70 ਕਿੱਲੋ ਖੇਡਣ ਲੱਗ ਪਿਆ ਅਤੇ ਬਾਅਦ 'ਚ ਓਪਨ ਸ਼ੁਰੂ ਕਰਤੀ ਸੀ। ਠੀਕ ਹੈ ਜੀ। ਇਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਨਾ, ਤੁਸੀਂ ਛੋਟੀ ਉਮਰ ਵਿੱਚ ਹੀ ਵੱਡੇ ਵੱਡੇ ਟੂਰਨਾਮੈਂਟਾਂ 'ਤੇ ਸ਼ਾਨਦਾਰ ਖੇਡ ਦਿਖਾਈ ਹੈ, ਅਤੇ ਤੁਸੀਂ ਹੁਣ ਤੱਕ ਕਿੱਥੇ ਕਿੱਥੇ ਖੇਡ ਚੁੱਕੇ ਹੋ? ਮੈਂ ਫਸਟ ਟਾਈਮ ਪਹਿਲਾਂ ਨਿਊਜ਼ੀਲੈਂਡ ਖੇਡਿਆ ਸੀਗਾ ਅਤੇ ਉਸ ਤੋਂ ਬਾਅਦ ਕੈਨੇਡਾ ਖੇਡ ਕੇ ਆਇਆ। ਠੀਕ ਹੈ ਸਰ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਛੋਟੀ ਉਮਰ ਵਿੱਚ ਹੀ ਵੱਡੇ ਵੱਡੇ ਟੂਰਨਾਮੈਂਟਾਂ 'ਤੇ ਸ਼ਾਨਦਾਰ ਖੇਡ ਦਿਖਾਈ ਹੈ, ਤਾਂ ਤੁਸੀਂ ਹੁਣ ਤੱਕ ਕਿੱਥੇ ਕਿੱਥੇ ਖੇਡ ਚੁੱਕੇ ਹੋ? ਮੈਂ ਪਹਿਲਾਂ ਜਿੱਦਾਂ ਫਰੈਸ਼ ਪਾਸਪੋਰਟ 'ਤੇ ਨਿਊਜ਼ੀਲੈਂਡ ਲੈ ਕੇ ਜਾਂਦੇ ਆ। ਅੱਛਾ ਜੀ। ਪਲੇਅਰਾਂ ਨੂੰ ਮੈਂ ਫਰੈਸ਼ ਪਾਸਪੋਰਟ 'ਤੇ ਪਹਿਲੀ ਵਾਰ ਨਿਊਜ਼ੀਲੈਂਡ ਖੇਡਿਆ ਸੀਗਾ। ਉਸ ਤੋਂ ਬਾਅਦ ਜਿੱਦਾਂ ਕਿ ਕੈਨੇਡਾ ਦਾ ਟੂਰ ਲੱਗਾ ਮੇਰਾ, ਉੱਥੇ ਵਧੀਆ ਪ੍ਰਦਰਸ਼ਨ ਰਿਹਾ, ਬਹੁਤ ਸਾਥ ਦਿੱਤਾ ਲੋਕਾਂ ਨੇ ਉੱਥੇ, ਪਿੰਡ ਵਾਲਿਆਂ ਨੇ ਵੀ ਬਹੁਤ ਸਨਮਾਨਿਤ ਵੀ ਕੀਤੇ ਉੱਥੇ ਮੇਰੇ ਕਾਫੀ ਜਣਿਆਂ ਨੇ, ਅਤੇ ਵਧੀਆ ਰਿਹਾ ਉੱਥੇ। ਠੀਕ ਹੈ ਸਰ। ਜਦੋਂ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਹੈ ਨਾ, ਫੈਮਿਲੀ ਅਤੇ ਫਰੈਂਡਸ ਤੋਂ ਇਲਾਵਾ ਤੁਹਾਨੂੰ ਹੋਰ ਕਿੰਨੇ ਕਿੰਨੇ ਸਪੋਰਟ ਕੀਤੀ? ਕੋਈ ਖਾਸ ਜਿਹਨਾਂ ਨਾਮ ਤੁਸੀਂ ਲੈਣਾ ਚਾਹੁੰਦੇ ਹੋਵੋਗੇ? ਹਾਂਜੀ, ਬਹੁਤ ਸਪੋਰਟ ਕੀਤੀ ਹੈ। ਜਿੱਦਾਂ ਜੋ ਫੈਮਿਲੀ ਦੀ ਸਪੋਰਟ ਤਾਂ ਹੁੰਦੀ ਆ, ਅਤੇ ਬਾਹਰੋਂ ਜਿੱਦਾਂ ਸੰਦੀਪ ਭਾਅ ਜੀ ਹੋਣੀ, ਅਤੇ ਸੁੱਖਾ ਨਿੱਜਰ ਭਾਅ ਜੀ ਹੋਣੀ, ਅਤੇ ਪਿੰਡੋਂ ਬੀਰੀ ਭਾਅ ਜੀ, ਮੰਗੀ ਭਾਅ ਜੀ, ਅਤੇ ਹੋਰ ਮੇਰੇ ਜਾਦੋ ਪਿੰਦਾ ਬੋਕਸਰ ਭਾਅ ਜੀ, ਸ਼ਗਨ ਸੰਧੂ ਨੇ, ਸਾਰਿਆਂ ਨੇ ਬਹੁਤ ਸਪੋਰਟ ਕੀਤੀ ਮੇਰੀ। ਠੀਕ ਹੈ। ਹਾਂਜੀ ਸਰ। ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਤੁਸੀਂ ਅੱਜ ਸਟਾਰ ਪਲੇਅਰ ਬਣ ਚੁੱਕੇ ਹੋ, ਜਦੋਂ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਤਾਂ ਉਸ ਟਾਈਮ ਤੁਹਾਨੂੰ ਕਿਹੜੇ ਕਿਹੜੇ ਔਂਕੜਾਂ ਦਾ ਸਾਹਮਣਾ ਕਰਨਾ ਪਿਆ? ਬਹੁਤ ਔਂਕੜਾਂ ਦਾ ਸਾਹਮਣਾ ਕਰਨਾ ਪਿਆ। ਜਿੱਦਾਂ ਕਿ ਜਦੋਂ ਪਹਿਲਾਂ ਮੈਂ ਖੇਡਣੀ ਸ਼ੁਰੂ ਕੀਤੀ ਸੀ, ਮੇਰੇ ਤੋਂ ਮੋਟਰਸਾਈਕਲ ਵੀ ਨਹੀਂ ਹੈਗਾ ਸੀ, ਕਦੇ ਕਿਸੇ ਨਾਲ ਬੈਠ ਕੇ ਜਾਣਾ ਮੈਚ 'ਤੇ, ਕਦੇ ਕਿਸੇ ਨਾਲ, ਹੈ ਨਾ। ਅਤੇ ਬਾਅਦ ਵਿੱਚ ਮੈਂ ਜਿੱਦਾਂ ਪਿੰਡ ਪੱਧਰ ਲੈਵਲ 'ਤੇ ਖੇਡਣ ਲੱਗਾ, ਅਤੇ ਉਸ ਤੋਂ ਬਾਅਦ ਮੈਨੂੰ ਜੰਡ ਕੋਚ ਨੇ ਸਿਲੈਕਟ ਕੀਤਾ ਆਪਣੀ ਟੀਮ ਲਈ, ਬਾਬਾ ਮਰਾਜ ਸ਼ਾਹ ਨਕੋਦਰ ਲਈ ਖੇਡਿਆ 2 ਸਾਲ, ਅਤੇ ਉਸ ਤੋਂ ਬਾਅਦ ਮੈਨੂੰ ਲਾਲੀ ਭਾਅ ਜੀ ਮਿਲਿਆ ਜਿੱਦਾਂ ਰੋਇਲ ਕਿੰਗ ਦੀ ਟੀਮ ਲਈ। ਅੱਛਾ ਜੀ। ਅਤੇ ਉਹਨਾਂ ਨੇ ਵਧੀਆ ਜਿੱਦਾਂ ਮੈਨੂੰ ਸਪੋਰਟ ਕੀਤੀ, ਅਤੇ ਬਾਅਦ ਵਿੱਚ ਹੌਲੀ ਹੌਲੀ ਜਿੱਦਾਂ ਗਾਂਹ ਤੋਂ ਗਾਂਹ ਵੱਧਦੇ। ਠੀਕ ਹੈ ਜੀ। ਸਰ, ਸਾਨੂੰ ਪਤਾ ਲੱਗਿਆ ਕਿ ਤੁਸੀਂ ਕਬੱਡੀ ਦੇ ਨਾਲ ਨਾਲ ਕ੍ਰਿਕਟ ਖੇਡਣਾ ਹੀ ਪਸੰਦ ਕਰਦੇ ਹੋ, ਕਿ ਤੁਸੀਂ ਹਜੇ ਵੀ ਕ੍ਰਿਕਟ ਖੇਡਦੇ ਹੋ? ਹਾਂਜੀ, ਜਿੱਦਾਂ ਉਹ ਸ਼ੌਂਕ ਲਈ ਖੇਡ ਲਈ ਦੀ ਆ, ਸੰਡੇ ਕਿਤੇ ਕਿਤੇ ਪਿੰਡ ਯਾਰਾਂ ਦੋਸਤਾਂ ਨਾਲ, ਅਤੇ ਟੂਰਨਾਮੈਂਟਾਂ 'ਤੇ ਵੀ ਜਾਂਦੇ ਹੁੰਦੇ ਸੀ ਲਾਗੇ ਲਾਗੇ, ਕਾਫੀ ਵਾਰ ਮੈਨ ਆਫ ਦ ਮੈਚ ਵੀ ਬਣਿਆ ਸੀਗਾ ਕ੍ਰਿਕਟ ਵਿੱਚ। ਹਾਂਜੀ ਸਰ। ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹਰ ਇੱਕ ਫੀਲਡ ਵਿੱਚ ਇੱਕ ਉਸਤਾਦ ਦਾ ਹੋਣਾ ਜ਼ਰੂਰੀ ਹੈ, ਤੁਸੀਂ ਆਪਣਾ ਉਸਤਾਦ ਕਿਹਨੂੰ ਮੰਨਦੇ ਹੋ? ਜਿੱਦਾਂ ਕਿ ਪਹਿਲਾਂ ਸ਼ੁਰੂ 'ਚ ਜਿਹੜਾ ਮੇਰਾ ਉਸਤਾਦ ਉਹ ਜੰਡ ਕੋਚ ਹੀ ਆ ਉਸਤਾਦ, ਅਤੇ ਉਸ ਤੋਂ ਬਾਅਦ ਇਸ ਟਾਈਮ ਜਿਹੜਾ ਟਾਈਮ 'ਤੇ ਉਹ ਲਾਲੀ ਕੋਚ ਰੋਇਲ ਕਿੰਗ ਦਾ। ਹਾਂਜੀ। ਅਤੇ ਬਾਹਰ ਜਿੱਦਾਂ ਸੰਦੀਪ ਭਾਅ ਜੀ ਨੂੰ ਮੈਂ ਆਪਣਾ ਉਸਤਾਦ ਹੀ ਮੰਨਦਾ, ਸੰਦੀਪ ਭਾਅ ਜੀ ਨੇ ਵਧੀਆ ਜੋ ਨਹੀਂ ਪਤਾ ਸੀ ਗੱਲਾਂ, ਸੀਨੀਅਰ ਪਲੇਅਰ ਆ, ਉਹਨਾਂ ਨੇ ਦੱਸਿਆ ਕਿ ਇੱਦਾਂ ਨਹੀਂ ਤਾਂ ਇੱਦਾਂ, ਵਧੀਆ ਗਾਈਡ ਕੀਤਾ ਉਹਨਾਂ ਨੇ। ਠੀਕ ਹੈ ਸਰ। ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਨਾ, ਤੁਸੀਂ ਰੋਇਲ ਕਿੰਗਸ ਕਲੱਬ ਵੱਲੋਂ USA ਵੱਲੋਂ ਖੇਡਦੇ ਰਹਿੰਦੇ ਹੋ ਲਗਾਤਾਰ, ਤਾਂ ਤੁਹਾਨੂੰ ਇਸ ਟੀਮ ਦੇ ਨਾਲ ਐਕਸਪੀਰੀਅੰਸ ਕਿੱਦਾਂ ਦਾ ਲੱਗਿਆ ਖੇਡਣ ਦਾ? ਸਾਡਾ ਜਿੱਦਾਂ ਰੋਇਲ ਕਿੰਗ USA ਟੀਮ ਬਹੁਤ ਸਾਰੇ ਯੰਗ ਬਲੱਡ ਮੁੰਡੇ ਆ, ਸਾਰੇ ਇੱਕ ਦੂਜੇ ਗੱਲ ਮੰਨਦੇ ਆ, ਟੀਮ ਵਰਕ ਨਾਲ ਖੇਡਦੇ ਆ, ਅਤੇ ਰੋਇਲ ਕਿੰਗ ਦੀ ਟੀਮ ਪਿਛਲੇ ਸਾਲ ਫੈਡਰੇਸ਼ਨ ਦੇ ਮੈਚਾਂ 'ਚ ਚੈਂਪੀਅਨ ਟੀਮ ਵੀ ਬਣੀ ਆ। ਅੱਛਾ ਜੀ। ਅਸੀਂ 21 ਕੱਪ ਸੈਕਿੰਡ ਅਤੇ 22 ਫਸਟ ਜਿੱਤੇ ਸੀਗੇ, 43 ਟੋਟਲ ਜਿੱਤੇ ਸੀਗੇ ਅਸੀਂ, ਅਤੇ ਇਸ ਸਾਲ ਵੀ ਸਾਡਾ ਪੂਰਾ ਜ਼ੋਰ ਆ ਕਿ ਅਸੀਂ ਫਸਟ ਆਈਏ, ਅਤੇ ਸਾਡੀ ਟੀਮ ਨੂੰ ਸਪੋਰਟ ਕਰਦੇ ਸਰਜੀਤ ਥਿਆੜਾ USA ਤੋਂ, ਬਹੁਤ ਸਪੋਰਟ ਹੈ ਉਹਨਾਂ ਦੀ, ਉਹ ਸਾਰੇ ਮੁੰਡਿਆਂ ਨੂੰ ਜਿੱਦਾਂ ਫੋਨ ਕਰਕੇ ਪੁੱਛਦੇ ਤੁਹਾਨੂੰ ਕਿਸ ਚੀਜ਼ ਦੀ ਲੋੜ ਤਾਂ ਨਹੀਂ, ਜੇ ਕਿਸੇ ਕਿਸੇ ਨੂੰ ਲੋੜ ਆ ਤਾਂ ਉਦੋਂ ਹੀ ਭੇਜ ਦਿੰਦੇ।
ਠੀਕ ਹੈ ਸਰ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਹੁਣ ਤੱਕ ਤੁਸੀਂ ਕਬੱਡੀ ਟੂਰਨਾਮੈਂਟ ਵਿੱਚ ਕੀ ਪ੍ਰਾਈਜ਼ ਜਿੱਤ ਚੁੱਕੇ ਹੋ? ਹੁਣ ਤੱਕ ਤਾਂ ਬਹੁਤ ਪ੍ਰਾਈਜ਼ ਜਿੱਤ ਚੁੱਕਾ, ਜਿੱਦਾਂ ਜਿਹੜੇ ਮੇਨ ਮੇਨ ਮੈਨੂੰ ਯਾਦ ਆ ਕਿ 5 ਮੋਟਰਸਾਈਕਲ, ਸੋਨੇ ਦੀ ਮੁੰਡੀ ਕੈਂਠਾ, LCDਆਂ, ਸੋਨੇ ਦੀਆਂ ਚੈਨਾਂ, ਕਾਫੀ ਸਾਰੇ ਮਾਨ ਸਨਮਾਨ ਜਿੱਤੇ ਆ, ਯਾਦ ਨਹੀਂ ਹੈਗਾ ਪੂਰਾ ਜਿੰਨੇ ਜਿੱਤੇ ਇੰਨੇ ਯਾਦ। ਸਰ, ਜੋ ਨੌਜਵਾਨ ਜਾਂ ਬੱਚੇ ਕਬੱਡੀ ਵਿੱਚ ਆਉਣਾ ਚਾਹੁੰਦੇ ਆ, ਤੁਸੀਂ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਜਾਂ ਕੁਛ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ? ਹਾਂਜੀ, ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਮਿਹਨਤ ਕਰੋ ਅਤੇ ਆਪਣੇ ਮਾਂ ਪਿਓ ਦਾ ਖਿਆਲ ਰੱਖੋ ਅਤੇ ਘਰਦਿਆਂ ਦੇ ਕਹਿਣ 'ਤੇ ਚੱਲੋ, ਕਿਸੇ ਦੇ ਪਿੱਛੇ ਨਾ ਲੱਗੋ ਕੋਈ ਕੀ ਕਰਦਾ ਕੀ ਨਹੀਂ ਕਰਦਾ, ਤੁਸੀਂ ਆਪਣੀ ਮਿਹਨਤ ਕਰੋ। ਸਾਰੇ ਹੀ ਸ਼ੁਰੂ ਤੋਂ ਜੇ ਕੋਈ ਸੋਚਦਾ ਕਿ ਮੈਂ ਗਰੀਬ ਹਾਂ ਅਤੇ ਉਹਨੂੰ ਇਹ ਨਹੀਂ ਸੋਚਣਾ ਚਾਹੀਦਾ, ਉਹਨੂੰ ਮਿਹਨਤ ਕਰਨੀ ਚਾਹੀਦੀ ਵੱਧ ਤੋਂ ਵੱਧ। ਸਾਰੇ ਪਲੇਅਰ ਪਹਿਲਾਂ ਗਰੀਬ ਹੀ ਹੁੰਦੇ ਆ, ਮਿਹਨਤ ਕਰਕੇ ਸਾਰਾ ਕੁਛ ਮਿਲ ਜਾਂਦਾ, ਮਿਹਨਤ ਕਰਨੀ ਚਾਹੀਦੀ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਕਾਫੀ ਫੋਰਨ ਕੰਟਰੀਆਂ ਵਿੱਚ ਖੇਡ ਚੁੱਕੇ ਹੋ ਅਤੇ ਕੈਨੇਡਾ ਅਤੇ ਨਿਊਜ਼ੀਲੈਂਡ ਵਿੱਚ ਵਸਦੇ ਜੋ ਤੁਹਾਡੇ ਫੈਨ ਆ, ਉਹਨਾਂ ਵੱਲੋਂ ਤੁਹਾਨੂੰ ਕਿੱਦਾਂ ਦਾ ਪਿਆਰ ਮਿਲਿਆ? ਪਹਿਲਾਂ ਜੋ ਨਿਊਜ਼ੀਲੈਂਡ ਗਿਆ ਉੱਥੇ ਬਹੁਤ ਸਾਰਾ ਪਿਆਰ ਮਿਲਿਆ, ਦਰਸ਼ਕਾਂ ਦਾ, ਪ੍ਰਮੋਟਰਾਂ ਦਾ, ਸਾਰਿਆਂ ਦਾ, ਉੱਥੇ ਆਪਣਾ ਸਾਰਿਆਂ ਦਾ ਹੈਗਾ ਆ। ਅਤੇ ਕੈਨੇਡਾ ਗਿਆ ਸਭ ਵੱਧ ਤੋਂ ਵੱਧ, ਜਿੱਦਾਂ ਪਿੰਡ ਵਾਲਿਆਂ ਨੇ ਬਹੁਤ ਜ਼ਿਆਦਾ ਮਾਣ ਕੀਤਾ, ਜਿੱਦਾਂ ਜਦੋਂ ਮੈਂ ਪਹੁੰਚਿਆ ਉੱਥੇ ਅਤੇ ਉਹਨਾਂ ਨੇ ਮੈਨੂੰ 1,00,000 ਰੁਪਈਏ ਨਾਲ ਸਨਮਾਨਿਤ ਵੀ ਕੀਤਾ ਉੱਥੇ, ਪਿੰਡ ਦੇ ਸਾਰਿਆਂ ਨੇ ਇਕੱਠੇ ਕਰਕੇ ਪੈਸੇ, ਅਤੇ ਬਹੁਤ ਸਾਰਾ ਮਾਨ ਸਨਮਾਨ ਮਿਲਿਆ ਦਰਸ਼ਕਾਂ ਵੱਲੋਂ ਵੀ, ਹੁਣ ਵੀ ਫੋਨ ਆਉਂਦੇ ਰਹਿੰਦੇ ਆ, ਮੈਸੇਜ ਆਉਂਦੇ ਰਹਿੰਦੇ ਹਨ। ਸਰ, ਅਸੀਂ ਇੱਕ ਗੱਲ ਹੋਰ ਪੁੱਛਣੀ ਚਾਹੁੰਦੇ ਹਾਂ, ਜਿਸ ਤਰ੍ਹਾਂ ਕਿ ਖਬਰਾਂ ਆਉਂਦੀਆਂ ਨੇ ਕਿ ਕਬੱਡੀ ਦੇ ਪਲੇਅਰ ਜ਼ਿਆਦਾਤਰ ਨਸ਼ਾ ਕਰਕੇ ਖੇਡਦੇ ਆ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ? ਮੈਂ ਇਹ ਨਹੀਂ ਕਹਿੰਦਾ ਕਿ ਕਬੱਡੀ ਪਲੇਅਰ ਨਸ਼ਾ ਨਹੀਂ ਕਰਦੇ, ਕਰਦੇ ਹੋਊਗੇ, ਪਰ ਆਪਾਂ ਇਹ ਕਹਿੰਦੇ ਹਾਂ ਕਿ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ ਸਾਰੇ ਪਲੇਅਰਾਂ ਨੂੰ। ਜੇ 1-2 ਪਲੇਅਰ ਵਿੱਚ ਨਸ਼ਾ ਕਰਦੇ ਆ ਤਾਂ ਉਹ ਸਾਰਿਆਂ ਨੂੰ ਕਹਿੰਦੇ ਕਬੱਡੀ ਵਾਲੇ, ਇੱਦਾਂ ਕਹਿੰਦੇ ਕਿ ਇੱਦਾਂ ਨਹੀਂ ਕਹਿੰਦਾ ਕਬੱਡੀ ਪਲੇਅਰ ਨਸ਼ਾ ਕਰਦਾ, ਉਹ ਕਬੱਡੀ ਵਾਲੇ ਸਾਰੇ ਵੱਜਦੇ ਕਿ ਕਬੱਡੀ ਵਾਲੇ ਨਸ਼ਾ ਕਰ, ਪਰ ਬਹੁਤ ਘੱਟ ਆ ਉਹ ਨਸ਼ਾ ਤਾਂ ਉੱਦਾਂ ਹੀ ਬਹੁਤ ਦੁਨੀਆ ਕਰਦੀ ਆ, ਕਬੱਡੀ ਵਾਲੇ ਪਲੇਅਰ ਜੇ ਕੋਈ ਕਰਦਾ ਉਹ ਗਿਣਤੀ 'ਚ ਆ ਜਾਂਦਾ ਕਿ ਉਹ ਨਸ਼ਾ ਕਰਦਾ, ਨਸ਼ੇ ਤਾਂ ਉੱਦਾਂ ਪਿੰਡਾਂ 'ਚ ਵੀ ਬਹੁਤ ਲੋਕ ਕਰਦੇ ਆ, ਉਹਨਾਂ ਨੂੰ ਉਹ ਇਗਨੋਰ ਹੋ ਜਾਂਦੇ ਆ, ਕਬੱਡੀ ਵਾਲੇ ਸਾਹਮਣੇ ਆ ਜਾਂਦੇ, ਪਰ ਇਹ ਮੈਂ ਕਹਿੰਦਾ ਕਿ ਸਾਰੇ ਪਲੇਅਰ ਨਹੀਂ ਨਸ਼ਾ ਕਰਦੇ, ਨਸ਼ਾ ਕਰਕੇ ਕਬੱਡੀ ਨਹੀਂ ਖੇਡੂਗੀ। ਜੇ ਕੋਈ ਨਸ਼ਾ ਕਰੂਗਾ ਲੌਂਗ ਟਾਈਮ ਨਹੀਂ ਖੇਡੂਗਾ, ਉਹ 1 ਸਾਲ ਖੇਡ ਲੂ, 2 ਸਾਲ ਖੇਡ ਲੂ। ਹੁਣ ਜਦੋਂ ਕੈਨੇਡਾ ਅਸੀਂ ਖੇਡੇ ਸੀਗੇ, ਟੋਰਾਂਟੋ ਡਰੋਪ ਟੈਸਟ ਹੋਏ, ਮੇਰੇ ਉੱਥੇ 7 ਵਾਰ ਡਰੋਪ ਟੈਸਟ ਹੋਇਆ ਸੀਗਾ ਅਤੇ ਉਹਦਾ ਰਿਜ਼ਲਟ ਉਹਨਾਂ ਨੇ ਬੈਨ ਕਰਨਾ ਜੇ ਕੋਈ ਨਸ਼ਾ ਹੋਊਗਾ, ਮੈਂ ਜੇ ਨਸ਼ਾ ਕੀਤਾ ਹੋਊਗਾ ਮੈਂ ਅਗਲੇ ਸਾਲ ਨਹੀਂ ਜਾਊਂਗਾ, ਉਹਨਾਂ ਨੇ ਮੈਨੂੰ ਬੈਨ ਕਰ ਦੇਣਾ। ਸਹੀ ਕਹਿੰਦੇ, ਪਰ ਹੁਣ ਰਿਜ਼ਲਟ ਆਇਆ ਆ ਕਿ ਨੋਰਮਲ ਆ, ਡਰੋਪ ਟੈਸਟ ਹੋਏ। ਹਾਂਜੀ, ਠੀਕ ਹੈ ਜੀ। ਅਮਨ ਜੀ, ਤੁਸੀਂ ਅੱਜ ਸਾਡੇ ਸਟੂਡੀਓ ਵਿੱਚ ਆਏ ਅਤੇ ਆਪਣੀ ਖਾਸ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਸ ਦੇ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ ਮੈਮ। ਸੋ ਇਹ ਸਨ ਸਾਡੇ ਨਾਲ ਅੱਜ ਸਟਾਰ ਕਬੱਡੀ ਪਲੇਅਰ ਅਮਨ ਬਿੱਲੀ ਲੱਲੀਆਂ ਤੋਂ। ਇਹੋ ਜਿਹੇ ਹੋਰ ਖਿਡਾਰੀਆਂ ਨਾਲ ਅਸੀਂ ਗੱਲਬਾਤ ਕਰਦੇ ਰਹਾਂਗੇ, ਬਣੇ ਰਹੋ ਕੈਨੇਡੀਅਨ ਮੀਡੀਆ ਦਾ TV NRI ਦੇ ਨਾਲ।